ਬੱਸ ਦੇ ਵਿੱਚ ਬੈਠਣ ਲੱਗਾ, ਬੱਸ ਸਾਰੀ ਭਰੀ ਪਈ ਸੀ। ਓਏ ਹੋਏ, ਮੈਂ ਕਿਹਾ ਵੀ ਆ ਤਾਂ ਬੱਸ ਸਾਰੀ ਜਾਨਵਰਾਂ ਨਾਲ ਹੀ ਭਰੀ ਪਈ। ਇੱਕ ਸੜੀ ਜੀ ਬੁੜੀ ਬੈਠੀ ਸੀ, ਕਹਿੰਦੀ ਆਹੋ ਇੱਕ ਬਾਂਦਰ ਦੀ ਕਮੀ ਸੀ, ਕਹਿੰਦੀ ਉਹ ਤੂੰ ਆ ਗਿਆ। ਇਹਨੇ ਬੜੀ ਯਾਰ ਗੁੱਸੇ 'ਚ ਚਲਾ ਗਿਆ। ਮੁੜ ਕੇ ਫਿਰ ਕੀ ਹੋਇਆ, ਇੱਥੇ ਮੇਰਾ ਕੰਮ ਕਾਰ ਕੋਈ ਚੱਲਦਾ ਨਹੀਂ ਸੀਗਾ। ਮੈਂ ਕਿਹਾ ਵੀ ਐਂ ਤਾਂ ਗੱਲ ਬਣਨੀ ਨਹੀਂ, ਫਿਰ ਮੈਂ ਚਲਾ ਗਿਆ ਕਨੇਡਾ। ਪੈਸੇ ਵੜ ਫੁੜ ਕੇ ਜਾਕਰ ਵੀ ਕਰਾਰ ਗਿਆ ਤੂੰ ਲੈ ਲੂਗੇ ਪੈਸੇ, ਕਨੇਡਾ ਉੱਠ ਗਿਆ। ਉੱਥੇ ਕਨੇਡਾ ਜਾ ਕੇ ਹੋਰ ਪੁੱਠਾ ਪੰਗਾ ਪੈ ਗਿਆ। ਉੱਥੇ ਜਾ ਕੇ ਮੈਂ ਕੀ ਕਿਹਾ, ਮੈਂ ਕਿਹਾ ਵੀ ਚੱਲ ਹੁਣ ਕਨੇਡਾ ਆਇਆ, ਫਿਰ ਐਵੇਂ ਉੱਠ ਜਾਂਗੇ, ਮਾੜਾ ਮੋਟਾ ਕਨੇਡਾ ਦੇਖ ਦੁੱਖ ਲਈਏ, ਇੱਧਰ ਉੱਧਰ ਘੁੰਮ ਲੈਂਦੇ ਹਾਂ। ਉਹ ਮੈਂ ਕਿਹਾ ਚੱਲ ਮੈਂ ਬੱਸ ਅੱਡੇ ਚਲਾ ਗਿਆ। ਜਦੋਂ ਬੱਸ ਅੱਡੇ ਚਲਾ ਗਿਆ, ਉੱਥੇ ਸੀਗੀਆਂ ਗੋਰੀਆਂ। ਆਏ ਹਾਏ, ਮੇਰਾ ਗੋਰੀਆਂ ਨੂੰ ਦੇਖ ਕੇ ਮੈਂ ਕਿਹਾ ਵੀ ਬੱਸ 'ਤੇ ਚੜ੍ਹਨ ਨੂੰ ਜੀ ਜਾਣਾ ਕਰੇ। ਮੈਂ ਕਿਹਾ ਵੀ ਜਦੋਂ ਪਹਿਲੀ ਗੋਲੀ ਚੜੀ ਟਿਪ ਟਪ ਬੱਸ 'ਤੇ, ਫਿਰ ਦੂਜੀ ਚੜੀ ਟਿਪ ਟਪ, ਨਾਲ ਹੀ ਤੀਜੀ ਚੜੀ ਟਿਪ ਟਪ। ਸਾਥੀ ਕਹਿੰਦੀ ਭਜਣਾ ਤੂੰ ਚੜਿਆ? ਉਹ ਕਾਹਨੂੰ? ਮੈਂ ਗੋਰੀਆਂ ਦੀਆਂ ਲੱਤਾਂ ਹੀ ਦੇਂਦਾ ਰਿਹਾ। ਫਿਰ ਦੂਜੀ ਬੱਸ ਆਈ, ਮੈਂ ਕਿਹਾ ਵੀ ਭਜਣਾ ਹੁਣ ਆਏ ਤਾਂ ਚੜ੍ਹ ਹੀ ਜਾਣਾ। ਪਹਿਲੀ ਗੋਲੀ ਚੜੀ ਟਿਪ ਟਪ, ਫਿਰ ਦੂਜੀ ਗੋਲੀ ਚੜੀ ਟਿਪ ਟਪ, ਫਿਰ ਤੀਜੀ ਗੋਲੀ ਚੜੀ ਟਿਪ ਟਪ। ਮੈਂ ਹਜੇ ਮਾੜਾ ਜਿਹਾ ਚੜ੍ਹ ਨਹੀਂ ਲੱਗਾ ਸੀ, ਮੈਂ ਪੈਰ ਦੇ ਹੀ ਪਾਇਆ ਸੀ। ਉਹਦੀ ਕੰਡਕਟਰ ਕਹਿੰਦਾ ਨੋ ਮੋਰ ਨੋ ਮੋਰ। ਉਹ ਮੈਂ ਕਿਹਾ ਬੱਲੇ ਵਾ ਮੇਰੇ ਪੁੱਤ ਦਿਆ, ਮੋਰਨੀਆਂ ਮੋਰਨੀਆਂ ਚੜ੍ਹਾ ਲਈਆਂ ਮੇਰੇ ਵਾਲੀ, ਹੁਣ ਨੋ ਮੋਰ। ਫਿਰ ਮੈਂ ਕਿਹਾ ਵੀ ਐਂ ਮੇਰੀ ਗੱਲ ਬਾਣੀ, ਮੈਂ ਕਿਹਾ ਚੱਲ ਕੋਈ ਕੰਮ ਕਾਰ ਤੋਰ ਕੇ ਦੇਖਦੇ। ਫਿਰ ਮੈਂ ਕੀ ਕੀਤਾ, ਫਿਰ ਮੈਂ ਜਲੇਬੰਗਾਂ ਦੀ ਦੁਕਾਨ ਪਾਲੀ। ਉਹ ਮੈਂ ਕਿਹਾ ਚੱਲ ਆਪਣੇ ਪੰਜਾਬ ਦੇ ਭਾਈਚਾਰੇ ਹੁੰਦੇ ਆ, ਜਲੇਬੰਗਾਂ ਖਾ ਕੇ ਨਾਲੇ ਪੰਜਾਬ ਦੀ ਯਾਦ ਆਊਗੀ। ਮੈਂ ਜਦੋਂ ਜਲੇਬੰਗਾਂ ਦੀ ਦੁਕਾਨ ਖੋਲ੍ਹ ਲਈ, ਪਹਿਲੇ ਦਿਨ ਇੱਕ ਹੋਰਾ ਜਲੇਬੰਗਾਂ ਲੈਣ ਆ ਗਿਆ। ਮੈਨੂੰ ਕਹਿੰਦਾ ਅੱਧਾ ਕਿਲੋ ਜਲੇਬੀਆਂ ਦੇ। ਮੈਂ ਉਹਨੂੰ ਅੱਧਾ ਕਿਲੋ ਜਲੇਬੀਆਂ ਤੋੜ ਕੇ ਦੇਤੀਆਂ। ਉਹਨੇ ਵਾਰੀ ਵਾਪਸ ਮੁੜਿਆ, ਮੈਨੂੰ ਕਹਿੰਦਾ ਬਾਟੀ ਦਿਸ, ਐਡਾ ਵਾਰ ਚੱਕੀ ਫਿਰੇ। ਮੈਨੂੰ ਕਹਿੰਦਾ ਬਾਟੀ ਦਿਸ, ਕਹਿੰਦਾ ਮੈਂ ਤੇਰੇ 'ਤੇ ਕਲੇਮ ਕਰ ਦੂੰ। ਉਹ ਮੈਂ ਕਿਹਾ ਗੋਰਾ ਜੀ ਗਰਮੀ ਨਾ ਖਾਓ, ਇਹ ਮੈਂ ਕਿਹਾ ਵਾਰਨਿੰਗ, ਇਹ ਸਾਡੀ ਕੰਪਨੀ ਦਾ ਟ੍ਰੇਡਮਾਰਕ। ਉਹ ਫਿਰ ਹਫ਼ਤੇ ਬਾਅਦ ਫੇਰ ਆ ਗਿਆ ਗੋਰਾ ਮੇਰੇ ਕੋਲ, ਮੈਨੂੰ ਕਹਿੰਦਾ ਅੱਜ ਕਿਲੋ ਜਲੇਬੀਆਂ ਦੇ ਦਿਓ। ਉਹ ਮੈਂ ਕਿਲੋ ਜਲੇਬੀਆਂ ਤੋੜ ਕੇ ਦੇਤੀਆਂ। ਉਹ ਫਿਰ ਵਾਪਸ ਮੁੜਿਆ, ਕਹਿੰਦਾ ਜੀ ਇਹ ਗੱਲ ਸੁਣੋ, ਕਹਿੰਦਾ ਅੱਜ ਤੁਸੀਂ ਮੈਨੂੰ ਜਲੇਬੀਆਂ ਨਕਲੀ ਦੇਤੀਆਂ। ਮੈਂ ਕਿਹਾ ਜੀ ਕੀ ਗੱਲ ਹੋ ਗਈ? ਕਹਿੰਦਾ ਅੱਜ ਨਾ ਤੁਹਾਡੀ, ਕਹਿੰਦਾ ਜਲੇਬੀਆਂ ਦੇ ਵਿੱਚ ਨਾ ਤੁਹਾਡੀ ਕੰਪਨੀ ਦਾ ਟ੍ਰੇਡਮਾਰਕ ਤਾਂ ਹੈ ਨਹੀਂ। ਉਹ ਮੈਂ ਕਿਹਾ ਬੱਲੇ ਓਏ ਗੋਰਿਆ, ਮੈਂ ਕਿਹਾ ਜੇ ਆਈ ਅਸੀਂ ਤੁਹਾਨੂੰ ਟ੍ਰੇਡਮਾਰਕ ਦਿੰਦੇ ਰਹੇ, ਅਸੀਂ ਤਾਂ ਮਹੀਨੇ 'ਚ ਸਾਰਾ ਟੱਬਰ ਗੰਜੇ ਹੋ ਜਾਵਾਂਗੇ। ਸਾਥੀ ਮੈਨੂੰ ਕਹਿੰਦੀ ਜਾ ਵੇ ਭਾਜਣਾ, ਤੇਰੀ ਕਹਿੰਦੀ ਉੱਥੇ ਜਾ ਕੇ ਪੁੱਠੇ ਕੰਮ ਦੇ। ਉਹ ਫਿਰ ਮੈਂ ਕਿਹਾ ਪ੍ਰਿੰਟ ਪ੍ਰੈਸ ਦਾ ਕੰਮ ਸ਼ੁਰੂ ਕਰ ਲੈਂਦੇ ਹਾਂ, ਜਿਹੜੀ ਆਹ ਵਿਆਹ ਸ਼ਾਦੀਆਂ ਦੇ ਕਾਰਡ ਦੇ ਛਾਪਦੇ ਹੁੰਦੇ ਆ, ਉਹ ਮੈਂ ਇੱਕ ਕਾਰਡ ਛਾਪਦਾ ਸੀਗਾ, ਉਹ ਨਾ ਮੇਰੇ ਤੋਂ ਬਾਅਦ ਕੱਟਦੀ ਹੋਊਗੀ, ਉਹ ਵਿਆਹ ਸਿਰੇ ਨਹੀਂ ਚੜਿਆ। ਉਹ ਹੁਣ ਵਿਆਹ ਦਾ ਕਾਰਡ ਤਾਂ ਵਿਆਹ ਦਾ ਸੀਗਾ, ਮੈਂ ਉਹ 'ਤੇ ਹੋਰ ਹੀ ਲਿਆ ਕੇ ਬੈਠਾ। ਮੈਂ ਕਿਹਾ ਇਕੱਲੇ ਆਏ ਨਾਨਕਾ ਵਾਂਗ, ਉਹ ਫਿਰ ਕੰਮ ਖਰਾਬ ਹੋ ਗਿਆ। ਉਹ ਤੋਂ ਬਾਅਦ ਫਿਰ ਮੈਂ ਕਿਹਾ ਇੱਥੇ ਵੀ ਨਹੀਂ ਗੱਲ ਬਣਨੀ। ਫਿਰ ਮੈਂ ਕਿਹਾ ਫੌਜ 'ਚ ਭਰਤੀ ਦੇਖਦੇ, ਮੈਂ ਕਿਹਾ ਵੀ ਆਪਣਾ ਕਲਾਕਾਰਾਂ ਦਾ ਵੀ ਫਰਜ਼ ਬਣਦਾ ਯੋਗਦਾਨ ਪਾਉਣ ਦਾ। ਮੈਂ ਜਦੋਂ ਫੌਜ 'ਚ ਭਰਤੀ ਦੇਖਣ ਚਲਾ ਗਿਆ, ਅਤੇ ਮੇਰਾ ਸਾਹ ਮੈਨੂੰ ਕਹਿੰਦਾ ਗੱਲ ਸੁਣ ਲਈ, ਕਹਿੰਦਾ ਮੈਂ ਵੀ ਤੈਨੂੰ ਪੱਛ ਕੇ ਦੇਖਣਾ ਚਾਹੁੰਦਾ। ਉਹ ਆਹੋ ਮੈਨੂੰ ਬਾਰਡਰ 'ਤੇ ਦੇ ਕੇ ਬੰਦੂਕ ਭੇਜ ਦੇਣ, ਮੈਂ ਉੱਥੇ ਡਰ ਕੇ ਮੁਰਿਆ ਵਾਂ। ਮੈਂ ਕਿਹਾ ਵੀ ਮੇਰੇ ਕੋਲ ਟਾਈਮ ਹੈ ਨਹੀਂ ਜ਼ਿਆਦਾ, ਮੈਂ ਹੈਗਾ, ਮੈਂ ਕਿਹਾ ਵੀ ਕੰਮ ਕਾਰ ਵਾਲਾ ਬੰਦਾ, ਮੇਰੇ ਕੋਲ ਜ਼ਿਆਦਾ ਟਾਈਮ ਹੈ ਨਹੀਂ, ਮੈਨੂੰ ਫਟਾਫਟ ਦੱਸੋ ਵੀ ਕੀ ਤੁਹਾਡਾ ਟੈਸਟ ਆ। ਉਹ ਕਹਿੰਦਾ ਐਂ ਕਰ ਵੀ ਤੈਨੂੰ ਸਾਹਮਣੇ ਫੱਟੇ 'ਤੇ ਖੜਾ ਕਰਨਾ, ਇੱਧਰੋਂ ਕਹਿੰਦਾ ਜਵਾਨ ਤੇਰਾ ਗੋਲੀ ਚਲਾਊਗਾ। ਅੱਛਾ ਅੱਛਾ ਅੰਦਰ ਮਰਨੇ ਨਹੀਂ, ਇੱਥੇ ਨਹੀਂ ਮਾਰੂਗਾ। ਮੈਂ ਕਿਹਾ ਇੱਥੋਂ ਗੋਲੀ ਚਲਾਊਗਾ? ਕਹਿੰਦਾ ਵੀ ਜੇ ਤਾਂ ਤੂੰ ਖੜਾ ਰਿਹਾ ਫਿਰ ਤਾਂ ਕਹਿੰਦਾ ਤੈਨੂੰ ਫੌਜ 'ਚ ਭਰਤੀ ਕਰ ਲਾਂਗੇ। ਕਹਿੰਦਾ ਵੀ ਜੇ ਤੂੰ ਭੱਜ ਗਿਆ ਫਿਰ ਕਹਿੰਦਾ ਵਾਪਸ ਨਾ ਮੁੜ ਕੇ ਸਿੱਧਾ ਕਰ ਲੂੰਗੇ। ਮੈਂ ਕਿਹਾ ਜੀ ਠੀਕ ਹੈ। ਮੈਂ ਜਾ ਕੇ ਖੜ ਗਿਆ ਸਿੱਧਾ, ਉਹਨੇ ਜਦੋਂ ਮਾਰੀ ਗੋਲੀ, ਗੋਲੀ ਮੇਰੇ ਕੰਨ ਕੋਲ ਦੀ ਲੰਘੀ, ਮੈਂ ਖੜਾ ਰਿਹਾ। ਉਹ ਕਹਿੰਦਾ ਬੱਲੇ, ਕਹਿੰਦਾ ਤੇਰੇ ਵਰਗਾ ਬਹਾਦਰ ਬੰਦਾ ਮੈਂ ਦੇਖੇ ਨਹੀਂ। ਕਹਿੰਦਾ ਗੋਲੀ ਚੱਲੀ, ਕਹਿੰਦਾ ਤੂੰ ਖੜਾ ਰਹਾ, ਉਹਨੇ ਮੈਨੂੰ ਦਿੱਤੇ, ਕਹਿੰਦਾ ਆਹ ਫੜ 50 ਰੁਪਏ, ਕਹਿੰਦਾ 50 ਰੁਪਏ ਫੜ। ਉਹ ਮੈਂ ਕਿਹਾ 50 ਨਹੀਂ ਕੋਈ ਸਬਾਨੀ ਸਾਹਿਬ ਬਹਾਦਰ, ਮੈਂ ਕਿਹਾ 50 ਹੋਰ ਕੱਢੋ। ਕਹਿੰਦਾ ਉਹ ਮੈਂ ਕਿਹਾ ਪਜਾਮੇ 'ਚ ਵਿਛਾਓ ਨਿਕਲ ਗਿਆ, ਉਹਨੂੰ ਵੀ ਧਮਾਉਣ ਦਾ ਬੰਦੋਬਸਤ ਕਰਨਾ। ਆਹ ਹੁਣ ਬੇਬੇ ਦੀ ਗੱਲ ਸੁਣ ਲਿਆ, ਆਹ ਬੇਬੇ ਵੀ ਬੜੇ ਪੁੱਠੇ ਕੰਮ ਕਰਦਾ। ਹੁਣ ਸਾਡੇ ਬਾਪੂ ਨੂੰ ਮਰੇ ਨੂੰ 20 ਸਾਲ ਹੋ ਗਿਆ, ਆਹ ਬੁੜੀ ਐਂ ਇੱਕ ਪੁੱਠਾ ਜਿਹਾ ਵਰਤ ਰੱਖਦੀ, ਉਹਨਾਂ ਨੂੰ ਕੀ ਕਹਿੰਦੇ ਆ ਗੜਗੜ ਚੌਥ ਦਾ, ਆਹੋ ਕਰਵਾ ਚੌਥ ਦਾ। ਉਹ ਹੁਣ ਬੁੜੀ ਨੇ ਕੀ ਕੀਤਾ, ਹੁਣ ਬਾਪੂ ਮਰੇ ਨੂੰ ਤਾਂ 20 ਸਾਲ ਹੋ ਗਈ, ਹੁਣ ਤੈਨੂੰ ਕੀ ਜ਼ਰੂਰਤ ਪਈ ਹੈ, ਐਵੇਂ ਰੱਖ ਕੇ ਬਹਿ ਗਈ ਵਰਤ।
ਉਹ ਵਰਤ ਰੱਖ ਲਿਆ। ਹੁਣ ਜਦੋਂ ਪਤਾ ਵੀ ਭਾਈ ਤੇਥੋਂ ਭੁੱਖ ਨਹੀਂ ਚਰੀ ਜਾਂਦੀ, ਭੁੱਖ ਚਰੀ ਨਾ ਗਈ, ਚੜ ਲਈ ਪੌੜੀ, ਕਿਤੇ ਉੱਤਰ ਜਾ ਕਰੇ, ਕਿਤੇ ਚੜ ਜਾ ਕਰੇ, ਕਿਤੇ ਉੱਤਰ ਜਾ ਕਰੇ, ਕਿਤੇ ਚੜ ਜਾ ਕਰੇ। ਹੁਣ ਮੇਰੇ ਵਰਗੀ ਵਿਚਾਰੀ ਮਾੜੀ ਪੌੜੀ ਸੀ, ਉਤਾਰ ਦੇਣੇ ਬੁੜੀ ਥੱਲੇ ਆ ਟਿੱਕੇ ਤੇ ਟੁੱਟ ਗਿਆ ਟੁੱਟਣਾ। ਉਹ ਫਿਰ ਉਹਨੇ ਲੱਤਾਂ ਬਾਹਾਂ ਟੁੱਟ ਗਿਆ, ਮੈਂ ਚੱਕ ਡਾਕਟਰ ਕੋਲੇ ਲੈ ਗਿਆ। ਡਾਕਟਰ ਮੈਨੂੰ ਕਹਿੰਦਾ ਗੱਲ ਸੁਣ ਭਜਣਾ, ਰੁਪਇਆ 50,000 ਲੱਗੂਗਾ, ਕਹਿੰਦਾ ਵੀ ਤੇਰੀ ਬੀਬੀ ਦੀਆਂ ਲੱਤਾਂ ਪਲਸਤਰ ਕਰਨਾ ਪੈਣਾ 50,000 ਦਾ। ਮੈਂ ਕਿਹਾ ਡਾਕਟਰ ਸਾਹਿਬ ਬਹੁਤ ਜ਼ਿਆਦਾ। ਮੈਂ ਕਿਹਾ ਐਂ ਕਰੋ ਡਾਕਟਰ ਸਾਹਿਬ, ਕਦੇ ਟੀਪ ਟੂਪ ਨਾ ਨਹੀਂ ਚੱਲਣਾ, 50,000 ਤਾਂ ਜ਼ਿਆਦਾ। ਮੈਂ ਕਿਹਾ ਵੀ ਇਹ ਪਲਸਤਰ ਕਰਨ ਨਾਲ ਰਹਿਣ ਤੋਂ ਕਦੇ ਟੀਪ ਨਹੀਂ ਸਰ। ਉਹ ਤੋਂ ਬਾਅਦ ਮੇਰੇ ਕੋਲ ਇੱਕ, ਫਿਰ ਮੈਂ ਡਾਕਟਰ ਦਾ ਕੰਮ ਸ਼ੁਰੂ ਕਰ ਲਿਆ, ਮੇਰੇ ਕੋਲ ਇੱਕ ਮਰੀਜ਼ ਇਹੋ ਜਿਹਾ ਹੈਗਾ, ਮੈਂ ਫੜਾ ਲੈ ਕੇ ਆ ਗਿਆ। ਮੈਨੂੰ ਕਹਿੰਦੇ ਗੱਲ ਸੁਣੋ ਡਾਕਟਰ ਸਾਹਿਬ, ਕਹਿੰਦੇ ਵੀ ਸਾਡੇ ਨਾ ਬਾਪੂ ਦੀਆਂ ਲੱਤਾਂ ਨੀਲੀਆਂ ਪੈਂਦੀਆਂ। ਮੈਂ ਕਿਹਾ ਕਿਹੜੀ ਸੜੀ, ਮੈਂ ਕਿਹਾ ਮੈਂ ਜੀਠ ਗਿਆ, ਮੈਨੂੰ ਵੀ ਜਗਦੀ ਬਿਮਾਰੀ ਕਿਹੜੀ ਹੋਈ। ਮੈਂ ਕਿਹਾ ਵੀ ਚੱਲ ਕੋਈ ਨੀ, ਮੈਂ ਉਹਨੂੰ ਅੰਦਰ ਲੈ ਗਿਆ, ਬੁੜੇ ਨੂੰ ਅੰਦਰੋਂ ਕੁੰਡੀ ਲਾ ਕੇ ਮੈਂ ਬੁੜੇ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਦੇਖਿਆ। ਉਹ ਮੈਂ ਕਿਹਾ ਕੁਛ ਨਹੀਂ ਹੋਇਆ, ਬੁੜੇ ਨੂੰ ਲੈ ਜਾਓ। ਉਹ ਕਹਿੰਦੇ ਨਹੀਂ ਡਾਕਟਰ ਸਾਹਿਬ, ਦਵਾਈ ਦੇ। ਮੈਂ ਦਵਾਈ ਦੇ ਕੇ ਤੋਰਤਾ, ਉਹ ਹਫ਼ਤੇ ਬਾਅਦ ਫਿਰ ਆ ਕੇ ਫਿਰ ਲੱਤਾਂ ਨੀਲੀਆਂ ਪੈਣ ਲੱਗ ਗਈ। ਮੈਂ ਕਿਹਾ ਵੀ ਕਹਿੰਦਾ ਨਹੀਂ ਬਾਨੀ। ਫਿਰ ਮੈਂ ਅੰਦਰੋਂ ਨੂੰ ਚੰਗੀ ਤਰ੍ਹਾਂ ਲਿਜਾ ਕੇ ਚੈੱਕ ਕਰਕੇ ਦੇਖਿਆ, ਮੈਂ ਮੁੰਡਿਆਂ ਨੂੰ ਬੜਾ ਮਿਲਦਾ ਸੀ ਬੁੜੇ। ਮੈਂ ਕਿਹਾ ਗੱਲ ਸੁਣ, ਭੂਤ ਨਹੀਂ ਰਿਹਾ। ਮੈਂ ਕਿਹਾ ਤੀਵਨ ਬੇਵਕੂਫ ਸਾਬਤ। ਮੈਂ ਕਿਹਾ ਪਹਿਲਾਂ ਬੁੜੇ ਨੂੰ ਘਰੇ ਲੈ ਕੇ ਜਾਓ, ਪਹਿਲਾਂ ਬੁੜੇ ਤੇ ਲਿਜਾ ਕੇ ਘਰੇ ਕੱਛਾ ਬਦਲੀ ਕਰੋ। ਉਹ ਮੈਨੂੰ ਕਹਿੰਦੇ ਕੱਛਾ ਬਦਲੀ ਕਰੋ। ਉਹ ਮੈਂ ਕਿਹਾ ਕੱਛੇ ਦਾ ਰੰਗ ਉੱਤਰਦਾ ਸੀ ਨਾ, ਤਾਂ ਤੂੰ ਲੱਤਾਂ ਨੀਲੀਆਂ ਪੈ ਜਾਂਦੀਆਂ। ਆਹ ਹੁਣ ਮੈਂ ਤੈਨੂੰ ਉਹਦੇ ਘਰ ਵਾਲੀ ਦੀ ਗੱਲ ਦੱਸਦਾ। ਆਏ ਹੈ ਇੰਨੀ ਮੋਟੀ ਆ, ਮੈਂ ਉੱਥੇ ਬਹਿ ਦੇਣਾ, ਆਏ ਆਏ ਲੱਗਦਾ ਨਾ ਤੁਰਿਆ ਜਾਂਦਾ ਜਿਵੇਂ ਬੋਰੀ ਨੱਠੇ ਪਾ ਲਮਕਦਾ ਹੁੰਦਾ। ਆ ਪਰਸੋਂ ਦੀ ਗੱਲ ਸੁਣ ਲਾ, ਉੱਥੇ ਚਲੇ ਗਏ, ਉੱਥੋਂ ਜਿਹੜੇ ਭਾਰ ਤੋਲਦੇ ਹੁੰਦੇ ਨਾ, ਉਹ ਬੁੜੀਆਂ ਜਿਹੀਆਂ ਭਾਰ ਤੋਲਦੀਆਂ ਹੈਗਾ। ਮੇਰੇ ਮਗਰ ਬਹਿ ਗਈ, ਹਟੀ ਨੀ। ਨਾਲੇ ਮੈਂ ਕਿਹਾ ਭਾਗਵਾਨੇ ਰਹਿਣ ਦੇ, ਤੇਰੇ ਬਸ ਦਾ ਰੋਗ ਹੈ ਨਹੀਂ। ਨਹੀਂ ਨਹੀਂ ਮੈਨੂੰ ਕਦੀ, ਮੈਂ ਵੀ ਭਾਰ ਤੋਲਣ ਨੂੰ ਦੂਜੇ ਤੋਲੀ ਜਾਂਦੇ। ਮੈਂ ਤੈਨੂੰ ਦੱਸਾਂ, ਜਦੋਂ ਮਸ਼ੀਨ ਤੇ ਪੈਰ ਧਰਿਆ ਨਾ, ਮਸ਼ੀਨ ਦੇ ਅੰਦਰ ਪੰਜ ਢੱਲੇ ਹੋ ਗਏ, ਚੱਕੇ ਡਿੰਗੇ ਟੇਢੇ ਹੋ ਗਏ, ਸਾਰਾ ਉਹਦਾ ਫੜ ਗਈ ਮਸ਼ੀਨ ਤਾਂ। ਉਹ ਮਸ਼ੀਨ ਤਾਂ ਮੈਂ ਤਾਂ ਕਰ ਲਿਆ ਕਰਦਾ, ਉਹ ਐਡੀ ਮੋਟੀ ਚੈੱਟ ਆਈ, ਜਦੋਂ ਮੈਂ ਉਹਦੇ ਤੇ ਪੜਿਆ ਲਿਖਾ ਕਹਿੰਦਾ ਭਾਈ ਅਗਾ ਕਰਕੇ ਚਲੋ ਇਕੱਠੇ ਨੇ 10-12 ਚਲੋ। ਉਹ ਟੁੱਟ ਗਈ ਮਸ਼ੀਨ, ਪੂਰਾ ਪੁੱਠਾ ਪੰਗਾ ਪੈ ਗਿਆ। ਫਿਰ ਮੈਂ ਕਿਹਾ ਵੀ ਇਹ ਵੀ ਕੰਮ ਨਹੀਂ ਸਰਦਾ ਹੈਗਾ। ਫਿਰ ਮੈਂ ਹੋਰ ਕੰਮ ਦੇਖਣ ਲੱਗ ਗਈ ਵੀ ਕੰਮ ਮੇਰੀ ਗੱਲ ਤੇ ਮੈਂ ਬਾਨੀ ਭਜਣਾ। ਮੈਂ ਕਿਹਾ ਤੇਰੇ ਬਾਹਰ ਦਾ ਰੁਕਿਆ ਨੀ। ਫਿਰ ਮੈਂ ਕਿਹਾ ਵੀ ਇਹ ਕੰਮ ਮਣੀ ਸਿਰੇ ਚੜਦਾ ਹੈਗਾ। ਮੈਂ ਕਿਹਾ ਵੀ ਚਲ ਐਂ ਕਰਦੇ ਹਾਂ, ਮੈਂ ਫੋਟੋਗ੍ਰਾਫੀ ਦਾ ਕੰਮ ਸ਼ੁਰੂ ਕਰ ਲੈਂਦੇ, ਆਹੋ ਇਹ 'ਚ ਵੀ ਕਾਫੀ ਪੈਸੇ ਬਣਦੇ ਆ। ਉਹ ਉੱਥੇ ਵੀ ਮੇਰਾ ਕਿਸਮਤ ਨੇ ਸਾਥ ਨਹੀਂ ਦਿੱਤਾ। ਉੱਥੇ ਵੀ ਚੰਦਰੀ ਜੀ ਬੁੜੀ ਆ ਗਈ ਮੇਰੇ ਕੋਲ ਫੋਟੋ ਖਿਚਾਉਣ, ਆਉਂਦੀ ਮੈਨੂੰ ਕਹਿੰਦੀ ਵੇ ਪੁੱਤ ਮੇਰੀ, ਕਹਿੰਦੀ ਸੋਹਣੀ ਜੀ ਫੋਟੋ ਖਿੱਚਦੀ, ਮੈਂ ਤੈਨੂੰ ਪੈਸੇ ਪੂਰੇ ਦੇਣੇ। ਓਹੋ ਮੈਂ ਕਿਹਾ ਬੇਬੇ ਮੈਨੂੰ 20 ਸਾਲ ਹੋ ਗਏ, ਮੈਂ ਇਹੀ ਕੰਮ ਕਰਦਾ, ਮੈਂ ਫੋਟੋ ਤੇਰੀ ਵਧੀਆ ਫਿੱਟ ਬਜਾ। ਉਹ ਫਿਰ ਨਹੀਂ ਪੁੱਤ ਮੇਰੀ ਸੋਹਣੀ। ਮੈਂ ਕਿਹਾ ਬੇਬੇ ਇੱਕ ਤਾਂ ਇੰਜਣ ਜਿਹਾ ਜਿਹੜਾ ਇਹਨੂੰ ਚਲਾਉਣਾ ਬੰਦ ਕਰ, ਮੇਰਾ ਕੈਮਰਾ ਵੀ ਤਾਂ ਹਿਲਣ ਲੱਗ। ਮੈਂ ਕਿਹਾ ਮੈਂ ਤੇਰੀ ਐਸੀ ਫੋਟੋ ਖਿੱਚੂ ਤੈਨੂੰ ਮੈਂ ਕਰੀਨਾ ਕਪੂਰ ਬਣਾ ਦੂੰ। ਕਹਿੰਦੀ ਰਿਹਾ ਕਿਹਦੀ ਬੁੜੀ ਦੀ ਗੱਲ ਕਰਦਾ, ਮੇਰੀ ਤਾਂ ਉਹਦੇ ਨਾਲ ਵੀ ਵਧੀਆ ਫੋਟੋ ਆਉਣੀ ਚਾਹੀਦੀ। ਉਹ ਮੈਂ ਕਿਹਾ ਬੇਬੇ ਬਹਿ ਤਾ ਜਾ। ਮੈਂ ਕਿਹਾ ਮੈਂ ਤੇਰੀ ਐਸੀ ਫੋਟੋ ਖਿੱਚੂ ਤੇਰੇ ਤੇ ਦੁਬਾਰਾ ਜਵਾਨੀ। ਨਾ 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 ਪੁੱਤ, ਕਹਿੰਦੀ ਆ ਜਵਾਨੀ ਵਾਲੀ ਫੋਟੋ ਨਾ ਖਿੱਚੀ, ਨਾ ਨਾ ਨਾ। ਉਹ ਮੈਂ ਕਿਹਾ ਕੀ ਗੱਲ, ਕਹਿੰਦੀ ਪੁੱਤ ਆ ਜਵਾਨੀ ਵਾਲੀ ਫੋਟੋ ਖਿਚਾ ਕੇ ਨਾ ਮੈਂ ਆਪਣੀ ਬੁਢਾਪਾ ਮੈਂਸ਼ਨ ਬੰਦ ਨਹੀਂ ਕਰਾਉਣਾ ਚਾਹੁੰਦੀ। ਆ ਬਾਪੂ ਦੀ ਗੱਲ ਸੁਣ ਲਾ, ਇੱਕ ਤਾਂ ਨਾ ਬੇੜਾ ਬਹਿ ਜੇ ਆ ਪ੍ਰਾਈਵੇਟ ਚੈਨਲ ਵਾਲਾ, ਇਹਨਾਂ ਨੇ ਭਾਵੇਂ ਕਿਸੇ ਚੀਜ਼ ਦੀ ਮਸ਼ਹੂਰੀ ਹੋਵੇ, ਭਾਵੇਂ ਚਾਹ ਪੱਤੀ ਦੀ ਮਸ਼ਹੂਰੀ, ਇਹਨੇ ਨਗਾਂ ਲੱਤਾਂ ਕੁੜੀ ਦੀਆਂ ਜ਼ਰੂਰ ਦਿਖਾਉਣਾ। ਸਾਡਾ ਬੁੜਾ ਠਰ ਕੇ ਹੋਵੇ ਆਹ ਹੁਣ ਉਹ ਇੱਕ TV ਤੇ ਮਸ਼ਹੂਰੀ ਜੀ ਆਉਂਦੀ ਆ, ਉਹ ਇੱਕ ਕੁੜੀ ਆ, ਉਹ ਚੱਕ ਜੀ ਦੇ ਵਿੱਚ ਬੈਠੀ ਰਹੀ। ਹੁਣ ਸਾਡੇ ਬੁੜੇ ਨੂੰ 20 ਸਾਲ ਹੋ ਗਏ, ਉਸੇ ਕੁੱਤੇ ਝਾਕ ਤੇ ਬੈਠਾ ਵੀ ਕਦੋਂ ਟੱਬ ਚ ਉੱਠੇ, ਕਦੋਂ ਮੈਂ ਤਾਂ ਨੰਗਾ ਪਿੰਡ ਸਾਰੀ ਦੇੜੀ, ਸੁਬਾਹ ਸ਼ਾਮ ਦੁਪਹਿਰੇ ਸਾਰੀ ਦੇੜੀ ਟੀ ਉਂਗਰੇ ਬੈਠਣ। ਆਹ ਅੱਜ ਤੱਕ ਉਹ ਜ਼ਿਆਦਾ ਹੀ ਗਰਮ ਹੋਇਆ ਫਿਰਦਾ ਸੀ, ਬੜਬੜ ਕਰਦਾ ਹੁਣੀ ਗਾ। ਉਹ ਮੈਂ ਕਿਹਾ ਬਾਪੂ ਕੀ ਗੱਲ ਹੋ ਗਈ, ਕਹਿੰਦਾ ਹੋਣਾ ਕੀ ਸਾਰੀ ਅੱਜ ਫੇਰ ਉੱਠੀ। ਮੈਂ ਕਿਹਾ ਜੀ ਵੀ ਬੁੜਾ ਵੀ ਸਾਡਾ ਨਾ, ਮੈਂ ਕਿਹਾ ਬੇੜਾ ਬਹਿ ਜੇ ਇਹਨਾਂ ਦਾ, ਪਰਸੋਂ ਬਹਿ ਗਿਆ ਜਾ ਕੇ ਟੀ ਉਂਗਰੇ। ਕਹਿੰਦਾ ਉੱਠ ਉੱਠ, ਉਹ ਤਾਂ ਉੱਠਣ ਨਾ ਰਹਿਣਾ। ਮੈਨੂੰ ਕਹਿੰਦਾ ਪੋਤੇ ਤਾਂ ਉੱਠਦੀ ਨੀ। ਮੈਂ ਕਿਹਾ ਬਾਪੂ ਇਹ ਤੁਸੀਂ ਸਾਡੇ ਯਾਰ ਪਰੇ। ਮੁੜ ਕੇ ਵੀ ਮੈਂ ਗਈ ਵੀ ਨੀ ਕੰਮ ਬਣਦਾ, ਇਹ ਵੀ ਕੰਮ ਸਿਰਾ। ਫਿਰ ਮੈਨੂੰ ਗੱਲ ਸੁਣ ਲਾ, ਮੇਰੇ ਘਰ ਵਾਲੀ ਮੈਨੂੰ ਕਹਿੰਦੀ ਐਂ ਕਰੋ ਜੀ। ਮੈਂ ਕਿਹਾ ਵੀ ਇਹ ਤਾਂ ਘਰ ਵਾਲੀ ਨਾਲ ਗੱਲ ਨਹੀਂ ਬਣੀ। ਫਿਰ ਮੈਂ ਹੋਰ ਵਿਆਹ ਕਰਾਇਆ ਸੀ, ਆਪਣੀ ਕੁੜੀ ਸੀਗੀ ਨਰਸ,
ਉਹ ਮੈਂ ਕਿਹਾ ਚੱਲ ਕਮਾਊ ਘਰ ਵਾਲੀ ਮਿਲ ਗਈ, ਮੈਂ ਉਦੋਂ ਉੱਠਾ ਪੰਗਾ ਲੈ ਲਿਆ। ਉਹ ਨਰਸ ਸੀਗੀ ਘਰ ਵਾਲੀ, ਹੁਣ ਜਿੰਨਾ ਚਿਰ ਮੈਨੂੰ ਸਿਸਟਰ ਨਾ ਕਿਹਾ ਕਰੋ ਮੇਰੀ ਗੱਲ ਦਾ ਜਵਾਬ ਹੀ ਨਾ ਦਿਆ ਕਰੇ। ਮੈਂ ਕਹੀ ਵੀ ਭੂਤ ਨੇ ਤੇ ਜਵਾਨੀ ਫਸ ਗਈ। ਤੇ ਫਿਰ ਜਦੋਂ ਸਾਡੇ ਬੱਚੇ ਮੈਂ ਉਹਨੂੰ ਘਰ ਵਾਲੀ ਕਹਿੰਦੀ ਮੈਨੂੰ ਕਹਿੰਦੀ ਜੀ ਗੱਲ ਸੁਣੋ ਜੀ, ਕਹਿੰਦੀ ਜਦੋਂ ਆਪਣਾ ਗੋਲੂ ਗੋਲੂ ਦਾ ਜਨਮ ਹੋਇਆ ਉਹਨੂੰ ਆਪਾਂ ਕਿੱਥੇ ਪਾਇਆ ਕਰਾਂਗੇ। ਉਹ ਮੈਂ ਕਿਹਾ ਚੱਲ ਭਗਵਾਨ ਨੂੰ ਇੱਥੇ ਪਾਇਆ ਕਰਾਂਗੇ। ਅੱਛਾ ਕਹਿੰਦੀ ਜਦੋਂ ਆਪਣੇ ਫਿਰ ਬਾਅਦ 'ਚ ਆਪਣਾ ਘੋਨਾ ਆ ਜੂਗਾ, ਮੈਂ ਕਿਹਾ ਘੋਨੇ ਨੂੰ ਵੀ ਇੱਥੇ ਪਾਇਆ ਕਰਾਂਗੇ। ਮੈਂ ਥੋੜ੍ਹਾ ਹੋਰ ਪਰੇ ਨੂੰ ਹੋ ਗਿਆ। ਕਰਦੇ ਕਰਦੇ ਜਦੋਂ ਪੰਜਵਾਂ ਮੁੰਡਾ ਪਾਉਣ ਦੀ ਵਾਰੀ ਆਈ ਨਾ ਸੰਤ ਗਏ, ਆਏ ਹਾਏ ਉਹ ਮੈਂ ਕੋ ਜ਼ਿਆਦਾ ਹੀ ਪਰੇ ਨੂੰ ਹੋ ਗਿਆ। ਉਹ ਨਾਲ ਬਨੇਰਾ ਐਨ ਸੀ, ਮੈਂ ਤਾੜ ਦੇਣ ਥੱਲੇ ਜਾ ਗਿਆ। ਉਹ ਮੇਰੀਆਂ ਲੱਤਾਂ ਬਾਹਾਂ ਟੁੱਟ ਗਿਆ। ਮੈਂ ਪਿੰਡ ਵਿੱਚ ਦੀ ਗੀੜਾ ਦੇ ਆ, ਸਰਪੰਚ ਨੇ ਪੁੱਛਿਆ, ਸਰਪੰਚ ਕਹਿੰਦਾ ਕੀ ਗੱਲ ਹੋ ਗਈ ਭਜਣਾ, ਕਹਿੰਦਾ ਪੱਟੀਆਂ ਪੁੱਟੀਆਂ ਬਣਾਈ ਬੈਠਾ ਕਿਸੇ ਨਾਲ ਲੜ ਪਿਆ। ਉਹ ਕਾਹਨੂੰ ਲੜਿਆ, ਮੈਂ ਕਿਹਾ ਬੇੜਾ ਬਹਿ ਗਿਆ, ਮਾਤੇ ਅਣਜੰਮੀ ਲਾ ਦੇਣੇ। ਸੁਜਨਾ ਟਾਈਮ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਹੋਇਆ ਸੀਗਾ ਜੀ, ਔਰ ਸਮਾਂ ਸਮਾਪਤ ਹੈ ਜੀ, ਔਰ ਮੇਰੇ ਤੋਂ ਬਾਅਦ ਬਹੁਤ ਸਾਰੀ ਦੇਤ ਵਾਲੀ ਹੈ ਜੀ, ਔਰ ਰਾਜੂ ਅਨਜਾਨ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਜੀ। ਸੋ ਅਗਰ ਚੰਗਾ ਲੱਗਿਆ, ਔਰ ਫੇਸਬੁੱਕ 'ਤੇ ਸਾਡਾ ਯੂਟਿਊਬ ਔਰ ਫੇਸਬੁੱਕ 'ਤੇ ਸਾਡਾ ਜੁਗਤੀ ਅਮਲੀ ਕਮੇਡੀਅਨ ਪੇਜ ਬਣਾ, ਉਹਨੂੰ ਸਬਸਕ੍ਰਾਈਬ ਕਰੋ। ਔਰ ਕੱਲ੍ਹ ਹੀ ਸਾਡਾ ਬਾਲੀਵੁੱਡ ਐਕਟਰ ਸੋਨੂੰ ਸੂਦ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਦਿੱਤਾ ਗਿਆ ਜੀ ਸਾਡੀ ਐਕਟਿੰਗ ਨੂੰ, ਔਰ ਤਹਿ ਦਿਲੋਂ ਧੰਨਵਾਦ। ਔਰ ਮੇਰੇ ਉਸਤਾਦ ਗੁਰਦੇਵ ਢਿੱਲੋਂ ਭਜਨਾਵਲੀ ਜੀ, ਵਰਲਡ ਫੇਮਸ ਆਵਾਜ਼ ਜਿਹਨਾਂ ਨੂੰ ਕਿ ਸਾਰੀ ਦੁਨੀਆ ਹੀ ਜਾਣਦੀ ਹੈ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਤੁਹਾਡੇ ਸਾਹਮਣੇ ਇਸ ਬੱਚੇ ਨੂੰ ਪੇਸ਼ ਹੋਣ ਦਾ ਮੌਕਾ ਮਿਲਿਆ ਜੀ। ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਥੈਂਕ ਯੂ।